कोरोना ਕਾਰਨ ਪੰਜਾਬ ਚ ਹਾਲਾਤ ਚਿੰਤਾਜਨਕ ਬੰਦੇ ਜਾ ਰਹੇ ਨੇ ਤੀਜੀ ਲਹਿਰ ਵਿਚਾਲੇ ਸੂਬੇ ਚ ਕੋਰੋਨਾ ਨਾਲ ਮੌਤਾਂ ਦੇ ਮੋੜ ਜ਼ੋਰ ਫੜਿਆ ਮੰਗਲਵਾਰ ਨੂੰ ਇੱਕ ਦਿਨ ਚ 26 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਇਸ ਦੇ ਨਾਲ ਹੀ 47 ਮਰੀਜ਼ਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹਾਲਾਤ ਮੁਹਾਲੀ ਜ਼ਿਲ੍ਹੇ ਚ ਵੀ ਬੇਕਾਬੂ ਹੋ ਰਹੇ ਨੇ ਜਿੱਥੇ ਇੱਕ ਦਿਨ ਦੇ ਵਿੱਚ 1196 ਕੋਰੋਨਾ ਦੇ ਨਵੇਂ ਕੇਸ ਵਿਲੇ ਜਤਕੀ 5 ਮਰੀਜ਼ਾਂ ਦੀ ਮੌਤ ਹੋ ਗਈ ਪਟਿਆਲਾ ਚੋਬੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਇੱਥੇ 57890 ਕੇਸ ਮਿਲਣ ਨਾਲ ਸੰਕਰਮਣ ਦੀ ਦਰ 32.88% ਹੋ ਗਈ ਜਦਕਿ ਪਿਛਲੇ 24 ਘੰਟਿਆਂ ਚ 7 ਲੋਕ ਕਰੋਨਾ ਦੀ ਪੀੜ ਜੜੇ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਅੰਦਰ 6641 ਨਵੇਂ ਕਰੋਨਾ ਕੇਸ ਸਾਹਮਣੇ ਆਏ ਨੇ ਜੇਕਰ ਮੌਜੂਦਾ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇਸ ਵਕਤ 43970 ਐਕਟਿਵ ਕਰੋਨਾ ਮਰੀਜ਼ ਨੇ ਜੇਕਰ ਗੱਲ ਰਾਜਧਾਨੀ ਦਿੱਲੀ ਦੀ ਕਰੀਏ ਤਾਂ ਲਗਾਤਾਰ ਇੱਥੇ ਕੋਰੋਨਾ ਦੇ ਮਾਮਲਿਆਂ 'ਚ ਗਿਰਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 1168490 ਕੇਸ ਮਿਲੇ ਨੇ ਜੋ ਕਿ ਪਿਛਲੇ ਦਿਨਾਂ ਦੇ ਮੁਕਾਬਲੇ 5.52% ਘਟਨੇ। ਹਾਲਾਂਕਿ ਰਾਜਧਾਨੀ 'ਚ ਮੌਤਾਂ ਦੀ ਗਿਣਤੀ ਜ਼ਰੂਰ ਵਧੀ ਹੈ। ਪਿਛਲੇ 24 ਘੰਟਿਆਂ ਦੌਰਾਨ 38 ਮਰੀਜ਼ਾਂ ਨੂੰ ਕੋਰੋਨਾ ਕਾਰਨ ਜਾਨ ਗਵਾਉਣੀ ਪਈ। ਫਿਲਹਾਲ ਦਿੱਲੀ 'ਚ ਐਕਟਿਵ ਕੇਸ 78112 ਹਨ। पॉजिटिविटी थी साढ़े बारह साढ़े बाईस परसेंट uh, ट्वेंटी टू पॉइंट फाइव परसेंट थर्टी एट डेथ थी अभी जो बेड ऑक्युपेंसी है सत्ताईस सौ तीस बेड ऑक्युपाइड है और लगभग तेरह हजार बेड अभी भी दिल्ली के अंदर कोविड के है, हमारे पास तो खाली हैं और पॉजिटिविटी भी धीरे धीरे कम हो रही है जो थर्टी चली गई थी अब वो साढ़े के आसपास आ गई है ਔਰ ਟੋਟਲ ਨੰਬਰ ਆਫ ਕੇਸਿਸ ਵੀ ਦਿੱਲੀ ਨੇ ਵਧੇਰੇ ਕਮ ਹੋ ਰਹੇ ਹਨ। ਕੋਰੋਨਾ ਦੇ ਸਭ ਤੋਂ ਖਤਰਨਾਕ ਰੂਪ ਓਮਿਕਰੋਨ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਨੇ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 282970 ਨਵੇਂ ਮਾਮਲੇ ਸਾਹਮਣੇ ਆਏ ਅਤੇ 441 ਲੋਕਾਂ ਦੀ ਮੌਤ ਹੋਈ। ਇਸ ਦੇ ਨਾਲ ਹੀ ਕੋਰੋਨਾ ਦੇ ਓਮਿਕਰੋਨ ਵੇਰੀਐਂਟ ਦੇ ਹੁਣ ਤੱਕ 8961 ਮਾਮਲੇ ਸਾਹਮਣੇ ਆਏ ਨੇ। ਜਦਕਿ ਦੇਸ਼ 'ਚ ਰੋਜ਼ਾਨਾ ਪੋਜ਼ਿਟਿਵਿਟੀ ਦਰ ਹੁਣ 15.1% ਹੈ।